ਲਓ ਜੀ ਸਾਡੀ ਪਹਿਲੀ ਫਲਾਈਟ ਜਿਹੜੀ ਪਹਿਲੀ ਰਾਈਡ ਹੋਣ ਲੱਗੀ ਡਿਜ਼ਨੀਲੈਂਡ ਵਿੱਚ। ਹਾਂਜੀ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਸਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਗੁਰਬਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਇੱਕ ਨਵਾਂ ਦਿਨ, ਸਨੀ ਡੇ, ਅਤੇ ਅੱਜ ਅਸੀਂ ਸਾਰੇ ਜਾ ਰਹੇ ਹਾਂ ਡਿਜ਼ਨੀਲੈਂਡ, ਅਤੇ 3 ਦਿਨ ਡਿਜ਼ਨੀਲੈਂਡ ਕੱਟਾਂਗੇ, ਅਤੇ ਵਿੱਚ ਅਸੀਂ ਨਿਊਪੋਰਟ ਬੀਚ ਵੀ ਜਾਣਾ, ਥੋੜ੍ਹੇ ਰਾਈਡਸ ਰਹਿ ਗਏ ਸੀਗੇ ਤਾਏ ਜੀ ਦੇ, ਉਹ ਪੂਰੇ ਕਰਨੇ, ਅਤੇ ਦੈਨ 3 ਦਿਨ ਸਾਡੇ ਡਿਜ਼ਨੀਲੈਂਡ 'ਚ ਹੋਣਗੇ। ਗੱਡੀ ਸਟਾਰਟ ਹੋ ਗਈ, ਦੇਖਦੇ ਹਾਂ ਕੀ ਚੇਂਜਿਸ ਆਈਏ। 2018 ਜਦੋਂ ਮੈਂ ਗਿਆ ਸੀਗਾ ਬਹੁਤ ਵਧੀਆ ਸੀ, ਆਂਚਲ ਦਾ ਫਸਟ ਟਾਈਮ ਹੈ, ਸ਼ੀ ਇਜ਼ ਐਕਸਾਈਟਿਡ ਟੂ ਵਿਜ਼ਿਟ ਡਿਜ਼ਨੀਲੈਂਡ, ਲੈਟਸ ਗੋ। ਹੋਰ ਕਿਹਦੇ ਚੀਤੇ ਐਕਦਮ ਸੇ ਟੀ ਸੋ ਭਾਜੀ ਅਸੀਂ VIP ਪਾਸ ਲਿੱਤਾ, ਸਾਨੂੰ ਮਤਲਬ ਵੱਖਰੀ ਲਾਈਨ ਪਾਣਗੇ ਉਹ, ਤੇ ਸਾਨੂੰ ਬਹੁਤ ਕੁਇਕਲੀ ਐਂਟਰੀ ਮਿਲੂਗੀ, ਬਾਕੀ ਉੱਥੇ ਜਾ ਕੇ ਤੁਹਾਨੂੰ ਦੱਸਣਾ। ਮਿੱਤਰੋ ਪਹੁੰਚ ਗਏ ਅਸੀਂ ਪਾਰਕਿੰਗ 'ਚ, ਅਤੇ ਤੁਹਾਨੂੰ ਦੱਸਣਾ ਚਾਹੁੰਦਾ ਵੀ ਇੱਕ ਦਿਨ ਦੇ 51,000-50,000 ਬੰਦਾ ਵਿਜ਼ਿਟ ਕਰਦਾ ਡੇਲੀ ਦਾ ਐਵਰੇਜ ਜਿਹੜਾ ਹੈ ਡਿਜ਼ਨੀਲੈਂਡ। ਬਾਕੀ ਦੇਖਦੇ ਹਾਂ, ਚੱਲਦੇ ਹਾਂ, ਆਹ ਦੇਖੋ ਕਿਸ ਤਰ੍ਹਾਂ ਦੁਨੀਆ ਆਈ ਹੈ, ਅਤੇ ਮੂਵੀ ਇੰਸਪੈਕਟਰ ਸਾਹਿਬ ਨੇ ਬੈਗ ਚੱਕਿਆ ਹੋਇਆ, ਜੂਜਾ ਸਾਰਾ ਖਾਣ ਦਾ ਸਮਾਨ ਇਹਦੇ ਵਿੱਚ ਹੈ। ਹੈਲੋ ਜੀ ਬਾਈ, ਵੱਖਰੀ ਦੁਨੀਆ 'ਚ ਆ ਗਏ ਹਾਂ ਅਸੀਂ। ਸੋ ਭਾਜੀ ਇੱਥੇ ਕਹਿੰਦੇ ਐਵਰੇਜ ਦਾ ਜਿਹੜਾ ਹੈ ਨਾ ਦਿਨ ਦਾ 50,000 ਬੰਦਾ ਇੱਥੇ ਟੂਰਿਸਟ ਆਉਂਦਾ ਵਿਜ਼ਿਟ ਕਰਨ, ਅਤੇ ਹਿਸਾਬ ਲਾ ਲਓ ਵੀ 1500 ਟਿਕਟ ਸਾਡੀ 4 ਦੀ ਲੱਗੀ ਹੈ, ਅਤੇ ਅਸੀਂ VIP ਪਾਸ ਵੀ ਲਿੱਤਾ ਵੀ ਸਾਨੂੰ ਪਹਿਲਾਂ ਪ੍ਰੈਫਰੈਂਸ ਦਿੱਤੀ ਜਾਊਗੀ ਰਾਈਡ ਵਾਸਤੇ। ਬਾਕੀ ਬਾਈ ਨਜ਼ਾਰਾ ਹੁਣ ਤੱਕ ਆਈ ਜਾਂਦਾ, ਨਜ਼ਾਰਾ ਜਾਈ ਜਾਂਦਾ, 3 ਦਿਨ ਅਸੀਂ ਇੱਥੇ ਹੀ ਕੱਟਣੇ ਹੈ।
ਵਾਓ। ਆਂਚਲ ਨੂੰ ਪੂਰੇ ਨਜ਼ਾਰੇ ਆ ਰਹੇ ਆ, ਹਾਲੇ ਤਾਂ ਰਾਈਡ ਸ਼ੁਰੂ ਹੋਣੀ ਆ। ਬ੍ਰੈਕਫਾਸਟ ਕਰਾਂਗੇ, ਲੰਚ ਸ਼ੁਰੂ ਕਰਾਂਗੇ। ਲਓ ਜੀ, ਸਾਡੀ ਪਹਿਲੀ ਫਲਾਈਟ, ਜਿਹੜੀ ਪਹਿਲੀ ਰਾਈਡ ਹੋਣ ਲੱਗੀ ਡਿਜ਼ਨੀਲੈਂਡ ਵਿੱਚ, ਡਿਜ਼ਨੀਲੈਂਡ ਦੀ ਪੀਟਰ ਪੈਂਟਸ ਫਲਾਈਟ। ਲਓ ਜੀ, ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੋ ਗਈ। How's it? ਲਓ ਜੀ, ਹੁਣ ਅਸੀਂ ਕਰਾਂਗੇ ਬ੍ਰੈਕਫਾਸਟ, ਫਿਰ ਅਸੀਂ ਅੱਗੇ ਦਿਨ ਦਾ ਜੋ ਵੀ ਰਾਈਡ ਹੋਊਗੀ। ਲੈਟਸ ਗੋ। ਲਓ ਜੀ, ਵੀ ਆਰ ਗੋਇੰਗ ਟੂ ਜੋਲੀ ਹੋਲੀਡੇ ਫੋਰ ਬ੍ਰੈਕਫਾਸਟ। ਸੋ ਇਹ ਬੇਕਰੀ ਕੈਫੇ ਹੈ, ਇੱਥੇ ਕਾਫੀ ਕੂਫੀ ਪੀਵਾਂਗੇ, ਥੋੜ੍ਹੀ ਚਿਰ ਬੈਠਾਂਗੇ, ਦੈਨ ਅੱਗੇ ਮੂਵ ਕਰਾਂਗੇ। ਸੋ ਮਿੱਤਰੋ, ਇੱਥੇ ਲਾਈਨ ਬਹੁਤ ਲੰਬੀ ਸੀ, ਨਾਲੇ ਨਾ ਆਪਸ਼ਨਸ ਨਹੀਂ ਸੀਗੀ, ਅਤੇ ਅਸੀਂ ਹੁਣ ਚੱਲੇ ਹਾਂ ਰੈੱਡ ਰੋਜ਼ ਟੈਵਰਨ ਕਰਕੇ ਹੈਗਾ, ਉੱਥੇ ਅਸੀਂ ਔਨਲਾਈਨ ਮੋਬਾਈਲ ਪਿਕਅਪ ਹੈਗੀ ਔਡਰ ਕਰ ਦਿੱਤਾ, ਅਤੇ ਉਸ ਪਿਕਅਪ ਕਰਨਾ, ਫਿਰ ਖਾ ਕੇ ਤੁਹਾਨੂੰ ਦੱਸਦੇ ਹਾਂ ਵੀ ਡਿਜ਼ਨੀਲੈਂਡ ਦਾ ਬ੍ਰੈਕਫਾਸਟ ਕਿੱਦਾਂ ਦਾ ਹੈ। ਭਾਅ ਜੀ, ਇੱਥੇ ਦੀ ਨਾ ਵਾਈਬ ਵੀ ਕੁਛ ਹੋਰ ਹੈ, ਲਾਈਕ ਸਾਰੇ ਐਂ ਆਏ ਆ ਵੀ ਅਸੀਂ ਨਾ ਫੁੱਲ ਇੰਜੋਏ ਕਰਨਾ, ਇੰਨੇ ਖੁਸ਼ੀ ਸਾਰਿਆਂ 'ਚ ਇੰਨੀ ਖੁਸ਼ੀ ਹੈ,
ਮੈਂ ਕਹਿੰਦਾ ਪੁੱਛੋ ਨਾ, ਬੁੜੇ ਤੋਂ ਬੁੜਾ ਜਵਾਨ ਬੱਚਾ ਸਾਰੇ ਐਨ ਹੈਪੀ। ਸੋ ਮਿੱਤਰੋ ਅਸੀਂ ਇੱਥੇ ਰੈੱਡ ਰੋਜ਼ ਟੈਵਰਨ ਬ੍ਰੈਕਫਾਸਟ ਕਰਨਾ, ਔਡਰ ਕਰ ਦਿੱਤਾ ਹੋਇਆ, ਬਸ ਪਿਕਅਪ ਹੈ, ਪਿਕਅਪ ਕਰਕੇ ਦੈਨ ਇੱਥੇ ਬੈਠਾਂਗੇ। ਲੈਟਸ ਗੋ ਇਨਸਾਈਡ। ਤੁਸੀਂ ਇੱਥੇ ਆ ਕੇ ਖਾਣਾ ਖਾਓ, ਠੰਡਾ ਖਾਣਾ ਹੈ, ਮਜ਼ਾ ਨਹੀਂ ਆਇਆ। ਵੀ ਆਰ ਗੋਇੰਗ ਟੂ ਸਨੋ ਵਾਈਟ ਐਨਚੈਂਟਡ ਡਿਸ਼। ਗੱਡੀ ਆ ਗਈ ਆਪਣੀ। ਤਾਂ ਹੀ ਮੈਂ ਦੇਖਾਂ ਨੇਰ ਆ ਗਏ ਹੁਣ। ਹਾਂ ਇਹ ਮੈਂ ਲਿੱਤੀ ਸੀ। ਸਨੋ ਵਾਈਟ ਹੁਣ ਚੱਲਦੇ ਹਾਂ ਅਸੀਂ ਪਿਨੋਕੀਓ। ਹਾਂਜੀ ਅਸੀਂ ਜਾਣਾ ਹੁਣ ਪਿਨੋਕੀਓਸ ਡੇਅਰਿੰਗ ਜਰਨੀ। ਉਹ ਦੇਖ ਰਹੇ ਹੋ ਤੁਸੀਂ ਇਹ ਇੱਧਰ ਉਹ ਦੇਖੋ ਸਾਨੂੰ ਡੀ ਦੇ ਜਵਾਕ, ਵਾਹ ਵਾਹ ਟਾਟਾ ਆਇਓ ਕਮ। ਕਾਰਟੂਨ ਹੀ ਹੈ ਸਾਰੇ ਇੱਥੇ। ਉਹ ਹਨੇਰਾ ਹੋ ਗਿਆ, ਉਹ ਅਸੀਂ ਡਰ ਗਏ। ਆਹ ਬਾਂਦਰ ਆ, ਚੱਲ ਵੀ ਖੋਲੋ।
ਸੋ ਹੁਣ ਅਸੀਂ ਲਾਈਟ ਲੈਣ ਲੱਗੇ ਹਾਂ ਮਿਸਟਰ ਟੋਲਸ, ਲਾਈਨ ਬਹੁਤ ਲੰਬੀ ਹੈ। ਆ ਗਈ ਜੇ ਸਾਡੀ ਗੱਡੀ, ਆ ਗਈ ਜੇ, ਲਓ ਜੀ ਸਟੀਅਰਿੰਗ ਘੁਮਾਓ ਜੀ। ਚਲੋ ਸਟੀਅਰਿੰਗ, ਲਓ ਜੀ ਗੱਡੀ ਚਲਾਈ ਜੇ। ਵਾਹ ਜੀ ਵਾਹ, ਸਟੀਅਰਿੰਗ ਵਧੀਆ, ਘੁਮਾ ਦੇ ਘੁਮਾ ਦੇ, ਚੱਲ ਘੁਮਾ ਸਟੀਅਰਿੰਗ, ਘੁਮਾ ਘੁਮਾ, ਘੁਮਾ ਘੁਮਾ, ਅੱਗੇ ਦੇਖ ਕੇ ਧਿਆਨ ਸੇ comes to a stop. Nice. Bye bye.
ਲਓ ਜੀ ਮੈਡਮ ਨੂੰ ਆ ਗਿਆ ਜੀ ਚੱਕਰ। ਲਓ ਜੀ ਮਿੱਤਰੋ ਆਹ ਇਹਨੂੰ ਕਹਿੰਦੇ ਆ ਖੰਡ ਮਿਸ਼ਰੀ, ਚੂਰੋਸ ਕਹਿੰਦੇ ਇਹਨੂੰ। ਇਹ ਡਿਜ਼ਨੀਲੈਂਡ 'ਚ ਹਰ ਜਗ੍ਹਾ ਮਿਲ ਜਾਂਦੇ ਆ, ਮਿੱਠਾ ਹੁੰਦਾ ਇੱਕ ਸਿਨੇਮਨ ਦਾ, ਇਹ ਖਾ ਕੇ ਤੁਹਾਨੂੰ ਦੱਸਦੇ ਹਾਂ। ਲਓ ਜੀ ਨੈਕਸਟ ਰਾਈਡ ਹੈ ਐਲਿਸ ਇਨ ਵੰਡਰਲੈਂਡ। ਬੜੇ ਸੋਹਣੇ ਸੋਹਣੇ ਡੱਬੇ ਆ ਰੇਲ ਦੇ, ਇੱਥੇ ਬਹਿ ਕੇ ਅਸੀਂ ਜਾਣਾ ਉਹ ਪਹਾੜ 'ਚ। ਅਸਾਂ ਹੁਣ ਚੱਲੇ ਜੇ ਜ਼ਿਆਦਾ ਬੱਚਿਆਂ ਵਾਲੀ ਹੈ। ਸਮਾਲ ਵਰਲਡ, ਅਸੀਂ ਆ ਗਏ ਹਾਂ ਇੱਥੇ। ਇੱਦਾਂ ਕਿਸ਼ਤੀ 'ਚ ਬਿਠਾ ਕੇ ਸਾਨੂੰ ਲੈ ਕੇ ਜਾਣ। ਚਲੋ ਹੁਣ ਅਸੀਂ ਸਾਰਿਆਂ ਦਾ ਉਹ ਰੱਖਾਂਗੇ, ਸੋਨੂੰ ਕੌਣ ਦੇ ਗਾਣਾ, ਮੈਂ ਗਾਣਾ, ਤੂੰ ਠੀਕ ਆ। ਉਹ ਮੈਂ ਉਹ ਜਿਹੜਾ ਐਂ ਜਾ ਰਿਹਾ, ਉਹ ਰਿਹਾ ਘੁੰਮ ਰਿਹਾ ਕਰਕੇ, ਉਹ ਉੱਪਰ ਇਹ ਰਿਹਾ ਮੈਂ। ਲਓ ਜੀ ਕਸ਼ਤੀ ਦੀ ਸਫਾਰੀ ਮੁੱਕਣ ਵਾਲੀ ਜੇ, ਆਲਮੋਸਟ ਖਤਮ ਹੋ ਗਈ। ਲਓ ਭਾਜੀ ਅਸੀਂ ਹੁਣ ਸਟਾਰ ਟੂਰਸ ਲੈਣ ਲੱਗੇ ਆ। ਆਹ ਦੇਖੋ ਜੀ ਜਨਤਾ ਪਰੇਡ ਦੀ ਵੇਟ ਕਰ ਰਹੀ ਹੈ, ਜਿਹੜੀ ਜਨਤਾ ਪਿੱਛੇ ਖੜੀ ਹੈ ਨਾ ਪਰੇਡ ਦੀ ਵੇਟ ਕਰ ਰਹੀ ਹੈ। ਆਪਣੇ ਕੋਲ ਟਾਈਮ ਨਹੀਂ ਹੈ ਕਿਉਂਕਿ ਅਸੀਂ ਨਿਊਪੋਰਟ ਬੀਚ ਜਾਣਾ ਅਤੇ ਉਸ ਤੋਂ ਬਾਅਦ ਫਿਰ ਆਉਣਾ ਇੱਥੇ, ਇਸ ਕਰਕੇ ਅਸੀਂ ਪਰੇਡ ਨਹੀਂ ਦੇਖ ਸਕਦੇ। ਰੱਬ ਨੇ ਫਿਰ ਟਾਈਮ ਤਾਂ ਫਿਰ ਦੇਖਾਂਗੇ, ਤਿੰਨ ਦਿਨ ਹੈ ਆਪਣੇ ਕੋਲ। ਦੇਖੋ ਲਓ ਜੀ ਵਾਪਸੀ ਵੱਲ ਹੁਣ ਅਸੀਂ ਟ੍ਰੈਮ ਫੜ ਕੇ ਪਾਰਕਿੰਗ ਜਾ ਕੇ ਦੈਨ ਫਿਰ ਨਿਊਪੋਰਟ ਬੀਚ।
ਤੇ ਫਿਰ ਉੱਥੇ 2-3 ਘੰਟੇ ਲਾ ਕੇ ਦੈਨ ਵਾਪਸ ਡਿਜ਼ਨੀਲੈਂਡ। Thank you.
we spread any ashes, just want to say some final words, and anybody wants to start, and I'm going to be very selfish since I'm the newly crowned king, I get to speak last. So whoever wants to speak first, please do. I just wanted to part words with my dad. Thank you everyone for coming. Everyone loved my dad and he loved everyone, reciprocating actually probably 10 times more. He loved everyone here and we want to give him the departure he'd like. He doesn't like water, but we're here. Sorry dad, but we love you and thanks for everything. Anybody else want to say any words before? So you must want to say something, say something. My dad was the king of hearts. He loved everybody. We've done this a lot of times and it gets kind of weird when it's your own. But he made us here, this life here. And I have to admit, if it wasn't for my dad, I'm not going to wash my hands. I'm going to go to Pechanga to make sure I spread some of these. But he enjoyed life. He did everything he wanted to do, so we have to celebrate it today and make sure we appreciate the moments that we did have. And dad, we're gonna never forget you and we'll always love you. All right, here we go. All right, so then you're just gonna sprinkle this. ਸੋ ਗਾਈ ਇਹਦੇ ਨਾਲ ਹੀ ਸਾਡੇ ਤਾਏ ਜੀ ਦੀ ਜਿਹੜੀ ਅਸਥੀਆਂ ਸੀ ਉਹ ਅਸੀਂ ਇਮਰਸ ਕੀਤੀਆਂ ਪਾਣੀ ਵਿੱਚ ਅਤੇ ਸਾਰੇ ਵਾਪਸ ਜਾਣਗੇ ਅਤੇ ਚਲੋ ਮਿਲਦੇ ਹਾਂ।